ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਰਾਮ ਰਾਮ ਮੈਂ ਤੁਹਾਡਾ ਰਮਨ ਸ਼ਰਮਾ ਸਪੋਕਨ ਇੰਗਲਿਸ਼ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਲਾਸ 6 ਨੰਬਰ ਤੁਹਾਨੂੰ ਪਤਾ ਹੈ ਕਲਾਸਾਂ ਕਿੰਨੀਆਂ ਜਾਣਗੀਆਂ ਮੈਨੂੰ ਜਿੱਤੇ ਤੱਕ ਲੱਗਦਾ ਹੈ 100 ਤੋਂ ਉੱਪਰ 4th ਤੇ 5th ਕਲਾਸ ਦੇ ਵਿੱਚ ਮੈਂ ਟੈਂਸਿਸ ਪੜ੍ਹਾਏ ਐਨੇ ਡੀਪਲੀ ਪੜ੍ਹਾਏ ਪ੍ਰੈਜ਼ੈਂਟ ਇਨਡੈਫਿਨਿਟ ਸਿਖਾਇਆ 4th ਕਲਾਸ 'ਚ 5th ਕਲਾਸ 'ਚ ਮੈਂ ਸਿਖਾਇਆ ਕਿ ਉਹਦੇ ਸੈਂਟੈਂਸ ਕਿਵੇਂ ਬਣਦੇ ਆ ਅੱਜ 6th ਕਲਾਸ ਦੇ ਵਿੱਚ ਮੈਂ ਪ੍ਰੈਜ਼ੈਂਟ ਕੰਟੀਨਿਊ ਟੈਂਸ ਪੜ੍ਹਾਉਂਗਾ ਤੇ ਮੈਂ ਉਸ ਲੈਵਲ ਤੇ ਪੜ੍ਹਾਉਂਗਾ ਜਿਹੜਾ ਅਜ ਤੱਕ ਕਦੇ ਸੋਚੀ ਨਾ ਹੋਗੀ ਜਿਹਨੂੰ ਆਪਾਂ ਕਹਿੰਦੇ ਆ ਤੇ ਆਈਸ ਤੇ ਥੋੜੀ ਸਵੇਲਿੰਗ ਹੋ ਸਕਦੀ ਹੈ ਉਹਦਾ ਕਾਰਨ ਇਹ ਆ ਪਹਿਲਾਂ ਮੈਂ ਸੌਣ ਲੱਗਿਆ ਸੀ ਫਿਰ ਮੇਰਾ ਮਨ ਕਰ ਗਿਆ ਮੈਂ ਵੀਡੀਓ ਸ਼ੂਟ ਕਰਦਾ ਕਿਉਂਕਿ ਮੇਰੇ ਕੋਲ ਜਿਹੜਾ ਕਰੰਟ ਟਾਈਮ ਇਸ ਟਾਈਮ ਹੈ 12:50 ਮਿੰਟ ਰਾਤ ਦੇ ਮੈਨੂੰ ਲੱਗਦਾ ਡੇਢ ਘੰਟੇ ਤੱਕ ਮੇਰਾ ਸ਼ੂਟ ਦੇਬੜਨਾ ਹੈ 2:00 ਵਜੇ ਤੱਕ ਮੈਂ ਐਡੀਟਿੰਗ ਕਰ ਦੇਣੀ ਹੈ ਤੇ ਅਪਲੋਡ ਕਰਕੇ ਸਵੇਰੇ 8:00 ਵਜੇ ਸਾਨੂੰ ਵੀਡੀਓ ਮਿਲ ਜਾਣੀ ਹੈ ਇਹਨੂੰ ਕਹਿੰਦੇ ਆ ਡੈਡੀਕੇਸ਼ਨ ਜਦੋਂ ਤੁਸੀਂ ਇਹਨਾਂ ਪਿਆਰ ਕਰਦੇ ਹੋ ਨਾ ਤਾਂ ਮੈਂ ਸ਼ਿੱਦਤ ਦੇ ਨਾਲ ਲੱਗਿਆ ਪਿਆ ਤੁਸੀਂ ਫੀਲ ਕਰੋਗੇ ਮੈਨੂੰ ਬੱਚਿਆਂ ਨੇ ਇੱਕ ਵਾਰ ਕਿਹਾ ਕਿ ਰਮਨ ਭਾਈ ਵੀਡੀਓ ਪੰਜਾਬੀ ਚ ਬਣਾਓ ਰਮਨ ਬੈਠਾ ਇੱਥੇ ਮੈਂ ਇੰਨੇ ਲੌਜੀਕ ਸਿਖਾ ਕੇ ਜਾਊਂਗਾ ਨਾ ਜੇ ਵੀਡੀਓ ਤੁਸੀਂ ਹੁਣ ਮੈਂ ਕਹਿੰਦਾ ਇਸ ਟਾਈਮ ਤੱਕ ਤੁਸੀਂ ਮੇਰੀਆਂ ਗੱਲਾਂ ਸੁਣ ਰਹੇ ਹੋ ਨਾ ਤੁਸੀਂ ਵੀਡੀਓ ਸਕਿਪ ਨਾ ਕਰਿਓ 20-25 ਮਿੰਟ ਦਾ ਬਣਾਊਗਾ ਗੱਡ ਕੇ ਬਣਾਊਗਾ ਜਿਹਨੂੰ ਪੰਜਾਬੀ ਚ ਕਹਿੰਦੇ ਆ ਉਹ ਚੀਜ਼ਾਂ ਸਿਖਾਉਂਗਾ ਜਿਹੜੀਆਂ ਅਜੇ ਤੱਕ ਅਦੇ ਸਿੱਖੀਆਂ ਨਹੀਂ ਸੀ ਜਿੱਦੋਂ ਵਾਂਝੇ ਤੁਰੇ ਫਿਰਦੇ ਹੋ ਸ਼ੁਰੂ ਕਰਦੇ ਆ ਬਿਨਾ ਕਿਸੇ ਟਾਈਮ ਨੂੰ ਵੇਸਟ ਕਰੇ ਆਹ ਦੇਖੋ ਮੇਰੇ ਕੋਲ ਨਾ ਕੁਝ ਕੁ ਚੀਜ਼ਾਂ ਪਹਿਲਾਂ ਇੱਕ ਚੀਜ਼ ਮੈਂ ਜਸਟੀਫਾਈ ਕਰਦਾ ਜਿਹੜਾ ਆਪਣੇ ਕੋਲੇ ਪ੍ਰੈਜ਼ੈਂਟ ਕੰਟੀਨਿਊ ਇਹ ਟੈਂਸ ਹੈ ਇਹਦਾ ਇੱਕ ਹੋਰ ਨਾਮ ਵੀ ਹੈ ਸ਼ਾਇਦ ਕਦੇ ਸੁਣਿਆ ਨਹੀਂ ਹੋਗਾ ਤਾਂ ਮੈਂ ਦੱਸਦਾ ਨਾ ਇਹਨੂੰ ਪ੍ਰੈਜ਼ੈਂਟ ਪ੍ਰੋਗਰੈਸਿਵ ਟੈਂਸ ਵੀ ਕਹਿੰਦੇ ਨੇ ਜੀ ਹਾਂ ਪ੍ਰੈਜ਼ੈਂਟ ਕੰਟੀਨਿਊ ਟੈਂਸ ਦਾ ਦੂਜਾ ਨਾਮ ਹੈ ਪ੍ਰੈਜ਼ੈਂਟ ਪ੍ਰੋਗਰੈਸਿਵ ਟੈਂਸ ਤੇ ਇਸ ਟੈਂਸ ਦੀ ਪਹਿਚਾਨ ਹੈ ਜਦੋਂ ਵੀ ਕੋਈ ਕੰਮ ਇਸ ਟਾਈਮ ਸਿਚੁਏਸ਼ਨ ਦੇ ਵਿੱਚ ਹੋ ਰਿਹਾ ਹੈ ਦੇਖੋ ਮੈਂ ਪ੍ਰੈਜ਼ੈਂਟ ਇਨਡੈਫਿਨਿਟ ਸਿਖਾਇਆ ਸੀ ਜਿਹੜਾ ਕੰਮ ਮੈਂ ਹਰ ਰੋਜ਼ ਕਰਦਾ ਰੂਟੀਨ ਕਰਦਾ ਮੇਰੀ ਰੂਟੀਨ ਹੈ ਨਾ ਮੈਂ ਚਾਹ ਪੀਂਦਾ ਹਾਂ ਮੈਂ ਖਾਂਦਾ ਹਾਂ ਦਾ ਹਾਂ ਪੀਂਦਾ ਹਾਂ ਜਾਂਦਾ ਹਾਂ ਉਸਾਰਾ ਜੋ ਪ੍ਰੈਜ਼ੈਂਟ ਕੰਟੀਨਿਊ ਹੈ ਨਾ ਪ੍ਰੈਜ਼ੈਂਟ ਕੰਟੀਨਿਊ ਦੀ ਪਹਿਚਾਨ ਇਹ ਹੈ ਕਿ ਜਿਹੜਾ ਕੰਮ ਇਸ ਟਾਈਮ ਹੋ ਰਿਹਾ ਮੈਂ ਵੀਡੀਓ ਬਣਾ ਰਿਹਾ ਇਹ ਕੰਟੀਨਿਊ ਹੈ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਕੰਟੀਨਿਊ ਹੈ ਮਤਲਬ ਕੰਟੀਨਿਊ ਦੀ ਪਹਿਚਾਨ ਇੰਨੀ ਕ ਹੈ ਕਿ ਆਪਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਜਿਹੜਾ ਕੰਮ ਇਸ ਟਾਈਮ ਹੋ ਰਿਹਾ ਹੈ 24 ਘੰਟੇ ਫੋਨ ਦੇਖੀ ਜਾਉਂਗੇ ਮੰਮੀ ਗਾਲਾਂ ਕੱਢ ਰਹੀ ਹੈ ਬਾਪੂ ਅੱਖਾਂ ਕੱਢ ਰਿਹਾ ਹੈ ਹੈਨਾ ਮਤਲਬ ਕਹਿੰਦਾ ਕੀ ਹੈ ਕਿ ਜਿਹੜਾ ਕੰਮ ਇਸ ਟਾਈਮ ਹੋ ਰਿਹਾ ਹੈ ਉਹਦਾ ਨਾਮ ਹੈ ਪ੍ਰੈਜ਼ੈਂਟ ਕੰਟੀਨਿਊ ਤੇ ਮੈਂ ਇਹਦੇ ਵਿੱਚ ਇਨੇ ਫੈਕਟ ਦੱਸੂਗਾ ਨਾ ਤੁਸੀਂ ਫੀਲ ਕਰੋਗੇ ਵੀ ਰਮਨ ਕਲਾਸ ਲੈ ਦਾ ਮੁੱਲ ਮਿਲ ਰਿਹਾਗਾ ਜਿਵੇਂ ਕਿ ਆਪਾਂ ਨੇ ਅੱਜ ਤੱਕ ਆਹ ਗੱਲ ਜਰੂਰ ਸਿੱਖੀ ਹੋਈ ਹੈ ਕਿ ਆਏ ਦਾ ਮਤਲਬ ਹੋ ਗਿਆ ਮੈਂ ਜਦੋਂ ਵੀ ਕਦੇ ਮੈਂ ਇੰਗਲਿਸ਼ ਚ ਆਪਦੀ ਗੱਲ ਕਰ ਰਿਹਾ ਮੈਂ ਮੈਂ ਕੀ ਕਰਦਾ ਮੈਂ ਆਈ ਬੋਲਦਾ ਤੁਸੀਂ ਕੀ ਕਰਦੇ ਹੋ ਆਪਾਂ ਯੂ ਬੋਲਦੇ ਆਂ ਹੀ ਸ਼ੀ ਤੇ ਨੇਮ ਹੀ ਉਹ ਬੰਦਾ ਹੋ ਗਿਆ ਸ਼ੀ ਉਹ ਬੰਦੀ ਹੋਗੀ ਨੇਮ ਕੋਈ ਵੀ ਨਾਮ ਕੋ ਚਰੀ ਬੁਚਰੀ ਮਤਲਬ ਕੀ ਹੈ ਸ਼ੀ ਕੌਣ ਹੈ ਲੇਡੀ ਤੇ ਹੀ ਕੌਣ ਹੈ ਲੇਡਾ ਨਹੀਂ ਹੈਗਾ ਖਸਮੋ ਉਹ ਮਤਲਬ ਈ ਸੀ ਇਹ ਨਾ ਕਰਿਆ ਕਰੋ ਠੀਕ ਹੈ ਵੀ ਦਾ ਮਤਲਬ ਹੋ ਗਿਆ ਅਸੀਂ ਤੇ ਦੇ ਦਾ ਮਤਲਬ ਹੋ ਗਿਆ ਉਹ ਸਾਰੇ ਵਿੱਚ ਅਸੀਂ ਬਹੁਤ ਸਾਰੇ ਦੇ ਦੇ ਵਿੱਚ ਉਹ ਬਹੁਤ ਸਾਰੇ ਸੋ ਆਪਾਂ ਅੱਜ ਤੱਕ ਇੱਕ ਚੀਜ਼ ਨੂੰ ਸਿੱਖ ਕੇ ਆਏ ਆ ਕਿ ਆਏ ਦੇ ਨਾਲ ਸਰ ਹਮੇਸ਼ਾ ਐਮ ਲੱਗਦਾ ਹੈ ਯੂ ਦੇ ਨਾਲ ਆਰ ਲੱਗਦਾ ਹੈ ਹੀ ਸ਼ੀ ਨੇਮ ਨਾਲ ਇਜ਼ ਲੱਗਦਾ ਹੈ ਵੀ ਤੇ ਦੇ ਨਾਲ ਆਰ ਲੱਗਦਾ ਹੈ ਬਿਲਕੁਲ ਜੇ ਮੈਂ ਤੁਹਾਨੂੰ ਹੁਣ ਇਹ ਗੱਲ ਕਵਾਂ ਕਿ ਆਏ ਦੇ ਨਾਲ ਤਾਂ ਇਜ਼ ਲੱਗਦਾ ਹੈ आई ਦੇ ਨਾਲ ਇਸ ਲੱਗ ਸਕਦਾ ਬਹੁਤ ਸਾਰੇ ਬੱਚੇ ਕਹਿਣਗੇ ਕਿ ਮਾਸਟਰ ਜੀ ਵੀਡੀਓ ਬੰਦ ਕਰ ਦਿਓ ਰਾਤ ਹੋ ਗਈ ਅੱਖਾਂ ਦੇ ਨੀਂਦ ਚੜ ਗਈ ਕੋਈ ਸੁਪਨਾ ਆ ਰਿਹਾ ਹੁਣ ਮੈਂ ਜਸਟੀਫਾਈ ਕਰਦਾ 아이 ਦੇ ਨਾਲ ਇਸ ਲੱਗ ਸਕਦਾ ਹਾਂ ਜੇ ਕਿਸੇ ਨੂੰ ਤੁਸੀਂ ਇਹ ਗੱਲ ਕਹੋਗੇ ਨਾ ਵੀ 아이 ਦੇ ਨਾਲ ਇਸ ਲੱਗਦਾ ਹੈ ਅਗਲਾ ਕੂਗਾ ਉਹਦਾ ਚੈਨਲ ਨਾ ਅਨਸਬਸਕ੍ਰਾਈਬ ਕਰ ਦੇ ਪੁੱਠੀ ਅੰਗਰੇਜ਼ੀ ਸਿਖਾ ਦੂਗਾ ਪਰ ਐਵੇਂ ਦੀ ਕੋਈ ਗੱਲ ਨਹੀਂ ਮੈਂ ਤਨ ਲੌਜੀਕ ਨਾਲ ਲਗਾ ਕੇ ਦਿਖਾਵਾਂ ਆਜੋ ਜੀ ਮੈਂ ਕਿਹਾ 아이 아이 ਦੇ ਨਾਲ ਆਲੇ ਮਨੇ ਇਸ 아이 इज नाइन्थ अल्फाबैट इन इंग्लिश लो जी आए दी लग गया आए इज नाइन्थ अल्फाबैट इन इंग्लिश आए कि लग गया इज लाग गया होर आ जाओ मेरी गल आए इज सिंगर लो जी आ लग गया आए इज प्रू नाउन ਮਤਲਬ ਅੱਜ ਇੱਕ ਗੱਲ ਯਾਦ ਰੱਖੀਓ ਕਹਿੰਦੇ ਨਾ ਸਕੂਲ ਚ ਆਪਾਂ ਇਹ ਕਹਿੰਦੇ ਹੁੰਦੇ ਆ ਜੋ ਕਿਤੇ ਵੀ ਕਹਿੰਦੇ ਨਹੀਂ ਵੀ ਸੋਰੋ ਆਈ ਦੇ ਨਾਲ ਤਾਂ ਇਜ਼ ਜੱਜਦਾ ਨਹੀਂ ਅੱਜ ਤੋਂ ਚਚਿਆ ਕਰੂਗਾ ਮਤਲਬ ਕੀ ਹੈ ਆਈ ਨੌਵਾਂ ਅੱਖਰ ਹੈ ਆਈ ਸਿੰਗੂਲਰ ਹੈ ਆਈ ਪ੍ਰੋਨਾਉਨ ਹੈ ਮਤਲਬ ਆਈ ਦੇ ਨਾਲ ਇਜ਼ ਲੱਗਦਾ ਹੁੰਦਾ ਹੈ ਇਹ ਇੱਕ ਨੌਲੇਜ ਹੈ ਪਰ ਇਹ ਟੈਂਸ਼ਨ ਵਾਲੇ ਦਾ ਕੋਈ ਸਬੰਧ ਨਹੀਂ ਪਰ ਜੇ ਕੋਈ ਬੰਦਾ ਪੰਗਾ ਲਵੇ ਨਾ ਵੀ ਆਈ ਨਾਲ ਇਜ਼ ਕੀ ਤੋਂ ਸਿੱਖਦਾ ਅੰਗਰੇਜ਼ੀ ਰਮਣ ਤੋਂ ਓ ਮੈਂ ਸੁਣਾ ਦਿਆ ਕਰੋ ਵੀ ਓ ਨਹੀਂ ਆ ਠੀਕ ਹੈ ਆਜੋ ਫਿਰ ਇੱਧਰ ਮਤਲਬ ਮਾਹੌਲ ਬਣਿਆ ਰਹਿਣਾ ਚਾਹੀਦਾ ਤੈਨੂੰ ਫੀਲ ਆਵੇ ਵੀ ਰਮਨ ਪੜਾ ਰਿਹਾ ਹੈਗਾ ਦੈਟਸ ਇਟ ਹੁਣ ਇੱਕ ਗੱਲ ਦਿਮਾਗ 'ਚ ਰੱਖ ਲਿਓ ਆਪਣੇ ਦਿਮਾਗ 'ਚ ਇਹ ਗੱਲ ਬਿਠਾ ਲਓ ਜਦੋਂ ਕੋਈ ਵੀ ਪ੍ਰੈਜ਼ੈਂਟ ਕੰਟੀਨਿਊਸ ਦਾ ਟੈਂਸ ਕਰ ਲ ਕਰਨੀ ਹੈ ਨਾ ਆਈ ਦੇ ਨਾਲ ਹਮੇਸ਼ਾ ਐਮ ਲਾ ਲਓ ਆਈ ਐਮ ਯੂ ਯੂ ਆਰ ਮੈਂ ਜਦੋਂ ਮੈਂ ਆਪਣੀ ਗੱਲ ਕਰਨੀ ਹੈ ਨਾ ਆਈ ਐਮ ਯੂ ਆਰ ਹੀ ਇਜ਼ ਸ਼ੀ ਇਜ਼ ਕੋਈ ਵੀ ਨਾਮ ਇਜ਼ ਜਦੋਂ ਆਪਾਂ ਕਹਿੰਦੇ ਵਈ ਆਪਣੇ ਮੂੰਹ 'ਚੋਂ ਨਿਕਲਣਾ ਚਾਹੀਦਾ ਤਾਂ ਨਾਲ ਦੇਣਾ ਆਰ d r ਤੇ ਇੱਕ ਰੂਲ ਇਹਦਾ ਸਭ ਤੋਂ ਪੱਕਾ ਹੈਗਾ ਉਹ ਇਹ ਹੈ ਵਰਬ ਦੀ ਫਰਸਟ ਫਾਰਮ ਪਲੱਸ ਆਈ ਐਨ ਜੀ ਮੈਂ ਇਹ ਤਾਂ ਨੂੰ ਨਹੀਂ ਕੋਰ ਟੈਂਸਪੂਰੇ ਕਰਾਣਾ ਫਿਰ ਇਹਨਾਂ ਨੂੰ ਇੰਨੇ ਰਿਸ਼ਤੇਦਾਰੀਆਂ ਪਾਪਾ ਸਿਖਾਉਂਗਾ ਨਾ ਪੂਆ ਫੋਫੜਾ ਬਣਾ ਕੇ ਆਈ ਦੇ ਨਾਲ ਐਮ ਲੱਗਿਆ ਫਰਸਟ ਫਾਰਮ ਦੇ ਨਾਲ ਆਈ ਐਨ ਜੀ ਲੱਗਿਆ ਯੂ ਦੇ ਨਾਲ ਆਰ ਲੱਗਿਆ ਫਰਸਟ ਫਾਰਮ ਦੇ ਨਾਲ ਆਈ ਐਨ ਜੀ ਲੱਗਿਆ ਹੀ ਦੇ ਨਾਲ ਇਜ਼ ਲੱਗਿਆ ਪਰ ਆਈ ਐਨ ਜੀ ਲੱਗਿਆ ਫਸਟ ਨਾਲ ਸੀ ਨਾਲ ਵੀ ਲੱਗਿਆ ਨੇਮ ਨਾਲ ਵੀ ਲੱਗਿਆ ਵੀ ਨਾਲ ਵੀ ਲੱਗਿਆ ਜੇ ਨਾਲ ਵੀ ਲੱਗਿਆ ਤੁਸੀਂ ਇੱਕ ਚੀਜ਼ ਕਮਾਲ ਦੀ ਦੇਖੋ ਇੱਕ ਰੂਲ ਦੱਸਣਾ ਮੈਂ ਕੰਟੀਨਿਊ ਟੈਂਸ ਜਿਹੜਾ ਮਰਜ਼ੀ ਆਵੇ ਹੁਣ ਅੱਗੇ ਜਿਹੜੇ ਆਉਣਗੇ ਨਾ ਪਾਸਟ ਕੰਟੀਨਿਊ ਫਿਊਚਰ ਕੰਟੀਨਿਊ ਮੈਂ ਸਾਰੇ ਬੱਚਿਆਂ ਨੂੰ ਇੱਕ ਗੱਲ ਦਿਮਾਗ 'ਚ ਪਾਉਣੀ ਚਾਹੁੰਦਾ ਜਿਹੜਾ ਮਰਜ਼ੀ ਕੰਟੀਨਿਊ ਟੈਂਸ ਹੋਵੇ ਜਿਹੜਾ ਮਰਜ਼ੀ ਭਾਵੇਂ ਪ੍ਰੈਜ਼ੈਂਟ ਭਾਵੇਂ ਪਾਸਟ ਭਾਵੇਂ ਫਿਊਚਰ ਆ ਜਿਹੜਾ ਵਰਬ ਦੀ ਫਰਸਟ ਫਾਰਮ ਤੇ ਆਈ ਐਨ ਜੀ ਹੈ ਨਾ ਇਹ ਤਿੰਨੇ ਟੈਂਸਾਂ ਦੇ ਵਿੱਚ ਲੱਗੂਗਾ ਤਿੰਨੇ ਟੈਂਸਾਂ ਦੇ ਵਿੱਚ ਪ੍ਰੈਜ਼ੈਂਟ ਚ ਵੀ ਪਾਸਟ ਚ ਵੀ ਫਿਊਚਰ ਚ ਵੀ ਸੌਖੀ ਜੀ ਗੱਲ ਹੈ ਕਈ ਵਾਰ ਸਾਨੂੰ ਇਹ ਗੱਲਾਂ ਐਵੇਂ ਸਿਖਾਈਆਂ ਜਾਂਦੀਆਂ ਹੁੰਦੀਆਂ ਨੇ ਕਿ ਪ੍ਰੈਜ਼ੈਂਟ ਕੰਟੀਨਿਊ ਦੀ ਪਛਾਣ ਜੇ ਕਿਸੇ ਬੱਚੇ ਨੇ ਕਰਨੀ ਹੈ ਤਾਂ ਉਹਨੂੰ ਇੰਨਾ ਕੁ ਪਤਾ ਹੋਣਾ ਚਾਹੀਦਾ ਹੈ ਕਿ ਸੈਂਟੈਂਸ ਦੇ ਪਿੱਛੇ ਕੀ ਆਉਂਦਾ ਹੁੰਦਾ ਹੈ ਰਹਾ ਹਾਂ ਮੈਂ ਆ ਕੰਮ ਕਰ ਰਿਹਾ ਹਾਂ ਕੋਈ ਮੈਂ ਆ ਕੰਮ ਕਰ ਰਹੀ ਹਾਂ ਅਸੀਂ ਕਰ ਰਹੇ ਹਾਂ ਰਿਹਾ ਹਾਂ ਰਹੀ ਹਾਂ ਐਵੇਂ ਮੈਂ ਦੱਸੀ ਹੋਈ ਆ ਗੱਲ ਇੱਕ ਬੱਚਾ ਕਰੇ ਜਾ ਕੇ ਪੁੱਛਣ ਲੱਗ ਰਿਹਾ ਮੰਮੀ ਕਹਿੰਦੀ ਕੀ ਕਰਨ ਦਿਹਾ ਏ ਲੱਭਣ ਲੱਗਿਆ ਵੀ ਡਿਆਂ ਡਿਆਂ ਸਿਰਨੇ ਤੱਕ ਰਾਏ ਨਹੀਂ ਹੈਗਾ ਪਰ ਮੈਂ ਤੈਨੂੰ ਹੀ ਦੱਸਦਾ ਇਹ ਸ਼ੁਰੂ ਸ਼ੁਰੂ ਚ ਸਿੱਖਣ ਨੂੰ ਬਹੁਤ ਵਧੀਆ ਗੱਲ ਹੈ ਤੈਨੂੰ ਪਤਾ ਲੱਗ ਜੂ ਵੀ ਇਹ ਬਣਾ ਕਿਵੇਂ ਰਹੇ ਹਾਂ ਜਿਵੇਂ ਬਹੁਤ ਸੌਖੀ ਜਿਹੀ ਐਗਜ਼ਾਮਪਲ ਦੇਵਾਂ ਆਪਾਂ ਇੱਕ ਵਰਬ ਦੀ ਫਾਰਮ ਲੈਨੇ ਜਿਹਨੂੰ ਆਪਾਂ ਕਹਿੰਨੇ ਆ ਪਲੇ ਪੀ L A Y ਪਲੇ ਦਾ ਮਤਲਬ ਕੀ ਹੁੰਦਾ ਹੈ ਖੇਡਣਾ ਪਲੇ ਦਾ ਮਤਲਬ ਹੁੰਦਾ ਹੈ ਖੇਡਣਾ ਜੇ ਤੁਹਾਨੂੰ ਮੈਂ ਕਹਾਂ ਵੀ ਮੈਂ ਤੁਹਾਨੂੰ ਹੁਣ ਸੈਂਟੈਂਸ ਬਣਾਉਣੇ ਵੀ ਸਿਖਾ ਦੂੰਗਾ ਪ੍ਰੈਜ਼ੈਂਟ ਕੰਟੀਨਿਊ ਦੇ ਆਜੋ ਤੁਹਾਨੂੰ ਮੈਂ ਦਿਖਾਉਣਾ ਲੈਵਲ ਕਿਵੇਂ ਲੈਵਲ ਸਭ ਕਿਆ ਨਿਕਲेंगे ਆਜੋ ਹੁਣ ਸੁਣੋ ਜੇ ਮੈਂ ਕਹੂੰਗਾ ਵੀ ਮੈਂ ਮੈਂ ਆ ਜਿਹੜਾ ਮੈਂ ਖੇਡ ਰਿਹਾ ਹਾਂ ਮੈਨੂੰ ਜਦੋਂ ਸੁਣਿਆ ਨੇ ਵੀ ਰਿਹਾ ਹਾਂ ਮੈਂ ਪ੍ਰੈਜ਼ੈਂਟ ਕੰਟੀਨਿਊ ਮੈਂ ਕੀ ਆਏ ਆਏ ਦੇ ਨਾਲ ਕੀ ਲੱਗੂਗਾ ਐਮ ਵਰਬ ਦੀ ਫਾਰਮ ਹੈ ਮੇਰੇ ਕੋਲੇ ਪਲੇ ਪੀ ਐਲ ਏ Y ਪਲੇ ਆਈ ਐਮ ਪਲੇ ਨਹੀਂ 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 ਆ ਨਾਲ ਕੀ ਲੱਗੂਗਾ ਆਈ ਐਨ ਜੀ ਆਈ ਐਨ ਜੀ ਫੁੱਲ ਸਟਾਪ ਆਈ ਐਮ ਪਲੇਇੰਗ ਮੈਂ ਖੇਡ ਰਿਹਾ ਹਾਂ ਚਲੋ ਜੀ ਤੁਸੀਂ ਹੋਰ ਵੀ ਕਿਆ ਫੀਲ ਕਰੋਗੇ ਵੀ ਰਮਨ ਸਰ ਇਸਰ ਨੀਂਦ ਚ ਪਤਾ ਨਹੀਂ ਕੀ ਕੀ ਲਿਖੀ ਜਾਂਦੇ ਆ ਉਹ ਨਹੀਂ ਖਾਸ ਮੈਂ ਫੌਂਟ ਚੇਂਜ ਕਰੂੰਗਾ ਚੱਕੋ ਮੈਂ ਖੇਡ ਰਿਹਾ ਹਾਂ ਤੁਸੀਂ ਰੂਲ ਦੇਖੋ ਆ ਤੁਹਾਡੇ ਸਾਹਮਣੇ ਮੈਂ ਰੂਲ ਰੱਖਤਾ ਆਈ ਐਮ ਪਲੇਇੰਗ ਬਾਸ ਗੱਲ ਖਤਮ ਜੇ ਕੋਈ ਬੰਦਾ ਕਹੋਗਾ ਵੀ ਯਾਰ ਮੈਨੂੰ ਐ ਲੱਗਦਾ ਬਰੋ ਤੁਸੀਂ ਖੇਡ ਰਹੇ ਹੋ ਤੁਸੀਂ ਖੇਡ ਰਹੇ ਹੋ ਹੁਣ ਜੇ ਆਪਾਂ ਨੇ ਇਹ ਕਿਤੇ ਲਾਈਨ ਚ ਬਣਾਉਣਾ ਹੋਵੇ ਵੀ ਤੁਸੀਂ ਖੇਡ ਰਹੇ ਹੋ ਤੁਸੀਂ ਕੀ ਹੈ ਆਜੋ ਜੀ ਵਾਈ ਓ ਯੂ ਤੁਸੀਂ ਨੂੰ ਕੀ ਕਹਿੰਨੇ ਆਪਾਂ ਯੂ you ਨਾਲ ਕੀ ਲੱਗੂਗਾ ਆਰ ਖੇਡਣ ਨੂੰ ਕੀ ਕਹਿੰਦੇ ਆ ਲੋ ਜੀ ਯੂ ਆਰ ਪਲੇਇੰਗ ਤੁਸੀਂ ਖੇਡ ਰਹੇ ਹੋ ਉਹ ਖੇਡ ਰਿਹਾ ਹੈ हां ਮੈਂ ਦੇਖਿਆ ਸੀ ਉਹ ਖੇਡ ਰਿਹਾ ਹੈ ਉਹ ਕੌਣ ਹੈ ਵੀਰੇ ਹਲੋ ਹੀ ਹੀ ਨਾਲ ਕੀ ਲੱਗੂਗਾ ਰੂਲ ਚ ਇਜ਼ ਆ ਖੇਡਣ ਨੂੰ ਕੀ ਕਹਿੰਦੇ ਆ ਪਲੇਇੰਗ ਤੁਸੀਂ ਇੱਕ ਗੱਲ ਨੋਟ ਕਰਕੇ ਦੇਖੋ ਸਾਰੇ ਨਾਲ ਪਲੇਇੰਗ 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 ਹੈ ਬਸ ਆਏ ਨਾਲ ਐਮ ਯੂ ਨਾਲ ਆਰ ਹੀ ਨਾਲ ਇਜ਼ ਉਹ ਖੇਡ ਰਹੀ ਹੈ ਮੈਂ ਜਾਣਦਾ ਉਹਨੂੰ ਯਾਰ ਉਹ ਖੇਡ ਰਹੀ ਹੈ ਸ਼ੀ ਇਜ਼ ਪਲੇਇੰਗ ਵੇ ਰਮਨ ਖੇਡ ਰਿਹਾ ਹੈ ਰਮਨ ਇਜ਼ ਪਲੇਇੰਗ ਅਸੀਂ ਖੇਡ ਰਹੇ ਹਾਂ ਵੀਰੇ ਅਸੀਂ ਖੇਡ ਰਹੇ ਹਾਂ ਆਜੋ ਅਸੀਂ ਖੇਡ ਰਹੇ ਹਾਂ ਵੀ ਆਰ ਪਲੇਇੰਗ ਵੇ ਉਹ ਖੇਡ ਰਹੇ ਨੇ ਹਾਂ ਬਹੁਤ ਰੌਲਾ ਪਾਇਆ ਨੇ ਉਹ ਖੇਡ ਰਹੇ ਨੇ ਦੇ ਆਰ ਪਲੇਇੰਗ ਮੇਰੇ ਸਾਰੇ ਪਿਆਰੇ ਸਟੂਡੈਂਟਸ ਇਧਰ ਨਿਗਾਹ ਮਾਰ ਲਓ ਅੰਗਰੇਜ਼ੀ ਨੂੰ ਤਾਂ ਮੈਂ ਇੰਨਾ ਸੌਖਾ ਬਣਾ ਦੂੰਗਾ ਤੁਹਾਡੇ ਅਗੇ ਨਾ ਤੁਸੀਂ ਇੱਕ ਚੀਜ਼ ਦੇਖੋ ਯਾਰ ਸੈਂਟੈਂਸ ਕਿੰਨੇ ਸੌਖੇ ਤਰੀਕੇ ਨਾਲ ਨਿਕਲ ਰਹੇ ਨੇ ਜੇ ਕੋਈ ਬੰਦਾ ਕਹਿੰਦਾ ਮੈਂ ਖੇਡ ਰਿਹਾ ਹਾਂ ਮੈਂ ਰੂਲ ਕੀ ਆਏ ਮੈਨੇ ਆਏ ਲਿਖ ਲਿਆ ਆਏ ਨਾਲ ਲੱਗੂਗਾ ਐਮ ਮੈਨੇ ਐਮ ਲਾ ਲਿਆ ਕੰਮ ਜਿਹੜਾ ਮਰਜ਼ੀ ਹੋਵੇ ਉਹਨੂੰ ਵਰਬ ਕਹਿੰਦੇ ਨੇ ਆਲੋ ਜੀ ਵਰਬ ਸੀ ਕਿ ਭਲੇ ਨਾਲ ਮੈਨੇ ਲਾ ਲਿਆ ਆਈ ਐਮ ਪਲੇਇੰਗ ਤੁਸੀਂ ਖੇਡ ਰਹੇ ਹੋ ਯੂ ਆਰ ਪਲੇਇੰਗ ਯੂ ਆਰ ਪਲੇਇੰਗ ਅਲੋਜੀ ਉਹ ਖੇਡ ਰਿਹਾ ਹੈ ਹੀ ਇਜ਼ ਪਲੇਇੰਗ ਹੀ ਇਜ਼ ਪਲੇਇੰਗ ਉਹ ਖੇਡ ਰਹੀ ਹੈ ਸ਼ੀ ਇਜ਼ ਪਲੇਇੰਗ ਰਮਨ ਖੇਡ ਰਿਹਾ ਰਮਨ ਇਜ਼ ਪਲੇਇੰਗ ਹੁਣ ਪਾਂਵੇਂ ਕੋਚਰੀ ਖੇਡ ਰਹੇ ਕੋਚਰੀ ਇਜ਼ ਪਲੇਇੰਗ ਪੂਚਰੀ ਖੇਡ ਰਹੀ ਹੈ ਪੂਚਰੀ ਇਜ਼ ਪਲੇਇੰਗ ਅਸੀਂ ਖੇਡ ਰਹੇ ਹਾਂ ਵੀ ਆਰ ਪਲੇਇੰਗ ਉਹ ਖੇਡ ਰਹੇ ਹਨ ਦੇ ਆਰ ਪਲੇਇੰਗ ਬਸ ਇਹ ਗੱਲ ਦਿਮਾਗ 'ਚ ਰੱਖ ਲਿਓ ਆਈ ਐਨ ਜੀ ਆਈ ਐਨ ਜੀ ਸਾਰੇ ਕਿਤੇ ਆਉਗੇ ਵਰਬ ਦੀ ਫਰਸਟ ਫਾਰਮ ਨਾਲ ਆਈ ਐਨ ਜੀ ਲੱਗੂਗਾ ਹੀ ਲੱਗੂਗਾ ਇਹ ਤੋਂ ਪਹਿਚਾਨ ਹੁੰਦੀ ਹੈ ਵੀ ਇਹ ਕੰਟੀਨਿਊ ਹੈ ਇਹ ਕਿੰਨਾ ਦਾ ਜਵਾਕ ਹੈ ਕੰਟੀਨਿਊ ਹੈ ਤੇ ਸਭ ਤੋਂ ਵਧੀਆ ਚੀਜ਼ ਦੱਸਾਂ ਹੋਰ ਮਜ਼ੇਦਾਰ ਚੀਜ਼ ਆ ਜੂਗੀ ਆਪਣੇ ਕੋਲੇ ਆਪਾਂ ਐਦਾਂ ਕਰਦੇ ਆ ਇਹਨੂੰ ਨਾ ਆਪਣੇ ਦੇਖ ਲਿਆ ਆਪਾਂ ਇਹਨੂੰ ਕਰ ਲੈਨੇ ਇਹ ਸਾਈਜ਼ ਦਾ ਛੋਟਾ ਇਹ ਉਹ ਨਹੀਂ ਬ੍ਰੋ ਘੁੰਮਾ ਨਹੀਂ ਤੈਨੇ ਘਮਣ ਘਮਾਉਣਾ ਤਾਂ ਥਾਰ ਰੱਖੀ ਐ ਤੂੰ ਕਾਨੂੰ ਘਮੀ ਜਾਣਾ ਨਹੀਂ ਵੀਰੇ ਆਪਾਂ ਨਹੀਂ ਰੱਖੀ ਦੇਖੋ ਆਪਾਂ ਇਹਨੂੰ ਇੱਥੇ ਰੱਖ ਲਿਆ ਹੁਣ ਸਰ ਇਹਦੇ 네ਗੇਟਿਵ ਸਿਖਾ ਦੋ 네ਗੇਟਿਵ ਕਿਵੇਂ ਬਣਾਉਣੇ ਨੇ ਜੇ ਅਸੀਂ ਇਹ ਕਹਿਣਾ ਵੀ ਮੈਂ ਆ ਕੰਮ ਨਹੀਂ ਕਰ ਰਿਹਾ ਤੁਸੀਂ ਮੇਰੇ ਪਿਆਰੇ ਬੱਚੇ ਕੁਝ ਨਹੀਂ ਕਰਨਾ ਆਏ ਦੇ ਨਾਲ ਜਿੱਥੇ ਐਮ ਲੱਗਿਆ ਹੋਇਆ ਹੈ ਨਾ ਉਹਦੇ ਨਾਲ ਐਨ ਓ ਟੀ ਪਾ ਲਿਓ ਨਾਟ ਬਸ ਇਨਾ ਕ ਰੂਲ ਹੈ ਹੋਰ ਕੁਝ ਨਹੀਂ ਹੈਗਾ ਜੇ ਯੂ ਦੇ ਨਾਲ ਜਿੱਥੇ ਆਰ ਲੱਗਿਆ ਹੈ ਨਾ ਮੇਰੇ ਬੱਚੇ ਬਸ ਕੁਝ ਨਹੀਂ ਕਰਨਾ ਯੂ ਆਰ ਦੇ ਨਾਲ ਨਾਟ ਪਾ ਲਓ ਹੀ ਇਜ਼ ਦੇ ਨਾਲ ਨਾਟ ਪਾ ਲਓ शी एज नोट पालो सार्ला नोट नॉट पालो बन गई गल मैं नहीं खेड रहा हाँ आई एम नॉट प्लेंग बस कला नॉट आ गया सारा सेंटेंस उमें ना तुसी नहीं खेड रहे हो यू आर नॉट प्लेइंग ओ नहीं खेड रहा ही इज़ नॉट प्लेइंग ओ नहीं खेड रही शी इज़ नॉट प्लेंग ਰਮਨ ਨਹੀਂ ਖੇਡ ਰਿਹਾ ਰਮਨ ਇਜ਼ ਨਾਟ ਪਲਿੰਗ ਅਸੀਂ ਨਹੀਂ ਖੇਡ ਰਹੇ ਵੀ ਆਰ ਨਾਟ ਪਲਿੰਗ ਉਹ ਨਹੀਂ ਖੇਡ ਰਹੇ ਦੇ ਆਰ ਨਾਟ ਪਲਿੰਗ ਸੌਰੀ ਸੈਂਟੈਂਸ ਬਣ ਗਏ ਬਸ ਕੱਲਾ ਕੀ ਲਾਇਆ ਨਾਟ ਲਾਇਆ ਬਸ ਆਈ ਐਮ ਨਾਟ ਵਰਬ ਦੀ ਫਸਟ ਫਾਰਮ ਨਾ ਆਈ ਐਨ ਜੀ ਤੇ ਸਾਰਿਆਂ ਦਾ ਰੂਲ ਉਵੇਂ ਦਾ ਉਵੇਂ ਹੈ ਆ ਚੱਕੋ ਤੁਹਾਡੇ ਆ ਟੈਂਸ ਪਏ ਨੇ ਹੁਣ ਇਹ ਟੈਨਸ਼ਨ ਨਾ ਲਓ ਵੀ ਹਾਈ ਸਰ ਕੱਲਾ ਪਲੇ ਤੇ ਹੈ ਜੇ ਆਪਾਂ ਨੇ ਲਿਖਣ ਦੀ ਗੱਲ ਕਰਨੀ ਹੈ ਤੁਸੀਂ ਰਾਈਟ ਲਿਖ ਲਓ ਰਾਈਟ ਰਾਉਂਡ ਉਹਨੇ ਲਿਖਣਾ ਪ੍ਰੈਕਟਿਸ ਕਿਵੇਂ ਮੈਂ ਲਿਖ ਰਿਹਾ ਹਾਂ ਮੈਂ ਕੀ ਆ ਆਏ ਆਇਨਲ ਕੀ ਲੱਗੂਗਾ ਐਮ ਰਾਈਟ ਵਰਬ ਦੀ ਫਾਰਮ ਹੋਗੀ ਨਾਲ ਕੀ ਲੱਗਿਆ ਆਈ ਐਮ ਰਾਈਟਿੰਗ ਆਈ ਐਮ ਰਾਈਟਿੰਗ ਮੈਂ ਲਿਖ ਰਿਹਾ ਹਾਂ ਤੁਸੀਂ ਲਿਖ ਰਹੇ ਹੋ ਯੂ ਆਰ ਰਾਈਟਿੰਗ ਉਹ ਲਿਖ ਰਿਹਾ ਹੈ ਹੀ ਇਜ਼ ਰਾਈਟਿੰਗ ਉਹ ਲਿਖ ਰਹੀ ਹੈ ਸ਼ੀ ਇਜ਼ ਰਾਈਟਿੰਗ ਰਮਨ ਲਿਖ ਰਿਹਾ ਰਮਨ ਇਜ਼ ਰਾਈਟਿੰਗ ਅਸੀਂ ਲਿਖ ਰਹੇ ਹਾਂ ਵੀ ਆਰ ਰਾਈਟਿੰਗ ਉਹ ਲਿਖ ਰਹੇ ਨੇ ਦੇ ਆਰ ਰਾਈਟਿੰਗ ਮਤਲਬ ਜਿਹੜਾ ਕੰਮ ਇਸ ਟਾਈਮ ਹੋ ਰਿਹਾ ਹੈ ਨਾ بس ਤੁਸੀਂ ਪਹਿਲਾਂ ਤਾਂ ਇਹ ਲੱਭੋ ਵੀ ਮੈਂ ਆਪਣਾ ਬੋਲਣਾ ਤੁਹਾਡਾ ਬੋਲਣਾ ਉਹਦਾ ਬੋਲਣਾ ਕੀ ਦਾ ਬੋਲਣਾ ਉਹ ਸਬਜੈਕਟ ਆਪਣਾ ਜਿਹੜਾ ਆਇਆ ਨਾਮ ਆਇਆ ਉਸ ਤੋਂ ਬਾਅਦ ਇਸੇ ਮਰ ਲਾ ਲਓ ਜਿਹੜਾ ਕੰਮ ਹੈ ਉਹਦੇ ਨਾਲ ਆਇਨ ਜੀ ਲਾ ਲਓ ਬਸ ਸੈਂਟੈਂਸ ਬਣ ਗਿਆ ਜੇ ਇੰਟੈਰੋਗੇਟਿਵ ਜਿਹੜੇ ਜਿਹੜੇ ਬੱਚੇ ਨੇ ਲਾਸਟ ਕਲਾਸ ਲਾਈ ਹੈ ਨਾ ਉਹਨੂੰ ਇੱਕ ਚੀਜ਼ ਬਹੁਤ ਚੰਗੀ ਤਰ੍ਹਾਂ ਪਤਾ ਹੋਗੀ ਇੰਟੈਰੋਗੇਟਿਵ ਦਾ ਰੂਲ ਇਹ ਸੀਗਾ ਕਿ ਮੈਂ ਤੁਹਾਨੂੰ ਇਹ ਸਿਖਾਇਆ ਸੀ ਬਰੋ ਆਹ ਲਓ ਇਹਦਾ ਚਲੋ ਇੱਧਰ ਆ ਜਾਓ ਹੋਰ ਸੌਖਾ ਸਿਖਾ ਦਿਆਂ ਤੁਹਾਨੂੰ ਆਹ ਲਓ ਬਰੋ ਜੇ ਕਿਸੇ ਬੱਚੇ ਨੇ ਇੰਟੈਰੋਗੇਟਿਵ ਦੇਖੋ ਪੋਜ਼ਿਟਿਵ ਸੀਗਾ ਤੇ ਉਸ ਤੋਂ ਬਾਅਦ 네ਗੇਟਿਵ ਇੰਟੈਰੋਗੇਟਿਵ ਦਾ ਇੱਕ ਰੂਲ ਹੈ ਦੇਖੋ ਆਏ ਨਾਲ ਜਦੋਂ ਐਮ ਲੱਗਿਆ ਹੋਇਆ ਹੈ ਨਾ ਐਮ ਆ ਐਮ ਹੈ ਜਿਹੜਾ ਬਸ ਇਹਨੂੰ ਐਮ ਨੂੰ ਚੱਕ ਲਓ ਚੱਕ ਲਿਆ ਕਿੱਥੇ ਲੈ ਜਾਓ ਆਏ ਤੋਂ ਅੱਗੇ ਲੈ ਜਾਓ ਬਸ ਐਮ ਆਏ ਬਣ ਗਿਆ ਇੰਟੈਰੋਗੇਟਿਵ ਕਿਵੇਂ ਬਣੂਗਾ ਮੈਂ ਦੱਸਾਂ ਐਮ ਆਏ ਯੂ ਦੇ ਨਾਲ ਕੀ ਲੱਗਿਆ ਹੋਇਆ ਆਰ ਆਰ ਨੂੰ ਬਾਹਰ ਲੈ ਜਾਓ ਆਹ ਲਓ ਜੀ ਆਰ ਨੂੰ ਬਾਹਰ ਲੈ ਗਏ ਆਰ ਯੂ ਇਜ ਹੀ ਦੇ ਆਲੋ ਜੀ ਇਜ ਹੀ ਸ਼ੀ ਆਲੋ ਜੀ ਬਾਹਰ ਆ ਗਿਆ ਨੇਮ ਤੋਂ ਵੀ ਬਾਹਰ ਇਜ ਹੈ ਇਜ ਬਾਹਰ ਆ ਗਿਆ ਜੀ ਆਰ ਵੀ ਦੇ ਨਾਲ ਆਰ ਬਾਹਰ ਆ ਗਿਆ ਜੀ ਜਿਹੜੇ ਜਿਹੜੇ ਹੈਲਪਿੰਗ ਵਰਬ ਅੰਦਰ ਨੇ ਬਸ ਉਹੀ ਇਕੱਲੇ ਬਾਹਰ ਆਣਗੇ ਆ ਬਣ ਗਏ ਇਹਨਾਂ ਦੇ ਰੂਲ ਤੇ ਆਈ ਐਨ ਜੀ ਉਵੇਂ ਦੀਆਂ ਉਵੇਂ ਪਈਆਂ ਨੇ ਕੋਈ ਨਹੀਂ ਛੇੜਨੀ ਹੈਗੀ ਜੇ ਕੋਈ ਬੰਦਾ ਕਿਸੇ ਨੂੰ ਸਵਾਲ ਕਰਕੇ ਪੁੱਛੂਗਾ ਇਹਨੂੰ ਆਪਾਂ ਸੈਂਟੈਂਸਿਸ ਨੂੰ ਤੁਹਾਨੂੰ ਦੁਬਾਰੇ ਬਣਾਉਣੇ ਦੇ ਆਲੋ 1 ਸਕਿੰਟ ਲਾਉਂਗਾ ਮੈਂ ਦੇਖੋ ਇੰਟੈਰੋਗੇਟਿਵ ਦੇ ਵਿੱਚ ਮੈਂ ਕੀ ਕਰਿਆ ਤੁਸੀਂ ਇਹ ਸਾਰਾ ਰੂਲ ਤਾੜ ਡਿੱਗ ਗਿਆ ਮੈਂ ਸਾਰੇ ਬੱਚੇ ਨੇ ਦਿਮਾਗ ਚਿਕਾਲ ਬਠਾਉਣੀ ਚਾਹਨਾ ਤੁਸੀਂ ਆਹ ਦੇਖੋ bro ਆ ਵਰਬ ਦੀ ਫਰਸਟ ਹੁੰਦੇ ਨਾਲ आईएनजी ਤਾਂ ਉਥੇ ਦਾ ਉਥੇ ਹੀ ਹੈ ਕਿਤੇ ਨਹੀਂ ਗਿਆ ਇਹ ਬਸ ਜਿੱਥੇ ਐਮ ਆਈ ਦੇ ਨਾਲ ਐਮ ਅੰਦਰ ਸੀ ਨਾ ਬਾਹਰ ਕੱਢ ਲਿਆ ਐਮ ਯੂ ਦੇ ਨਾਲ ਆਰ ਅੰਦਰ ਸੀ ਆਰ ਬਾਰ ਕਰ ਲਿਆ ਹੀ ਦੇ ਨਾਲ ਇਸ ਸੀ ਇਸ ਕਰ ਲਿਆ ਸੀ ਨਾਲ ਸਾਰੇ ਚ ਬਾਹਰ ਕਰ ਲਏ ਤਾਂ a ਕੀ ਬਣ ਗਿਆ ਜੇ ਹੁਣ ਮੈਂ ਇਹਦੇ ਸੈਂਟੈਂਸ ਬਣਾਉਂਗਾ ਕੀ ਮੈਂ ਖੇਡ ਰਿਹਾ ਹਾਂ ਆ ਲੋ ਜੀ ਆਜੋ m i playing ਲੋ ਜੀ ਬਣ ਗਿਆ m i playing ਕੀ ਮੈਂ ਖੇਡ ਰਿਹਾ ਬਸ ਇਹਦੇ ਪਿੱਛੇ ਲਾ ਲੋ ਕੁਐਸਚਨ ਮਾਰਕ ਚਲੋ ਸਪੀਕਿੰਗ ਇਸ ਦਾ ਕਾਦਰ ਲਾਣੇ ਕਿਤੇ ਬੋਲਣ ਲੱਗੇ m i playing ਕੁਐਸਚਨ ਮਾਰਕ ਉਥੇ ਨਹੀਂ ਬੋਲਣਾ ਹੈਗਾ ਕੀ ਤੁਸੀਂ ਖੇਡ ਰਹੇ ਹੋ ਆਰ you playing kyu khel rahe main na badi cheez deunga tum bana ke is he playing kyu khel rahi hai is she playing vasap apne nu iko type kar diye tainni category aa janegi apni theek hai fir us tarah apde mistakes dekhenge theek hai is a raman playing ਕੀ ਅਸੀਂ ਕਹਦੇ ਆਰ ਵੀ ਪਲੇਇੰਗ ਕੀ ਅਸੀਂ ਖੇਡ ਰਹੇ ਆ ਆਰ ਵੀ ਪਲੇਇੰਗ ਕਿਉਂ ਖੇਡ ਰਹੇ ਨੇ ਆਰ ਦੇ ਪਲੇਇੰਗ ਬਾਸ ਇੰਨਾ ਕਰੋਲ ਹੈ ਆ ਪਿੱਛੇ ਕੁਐਸਚਨ ਮਾਰਕ ਪਾ ਲਓ ਚਲੋ ਕਈ ਵਾਰ ਕੋਈ ਗਲਤੀ ਕਰ ਦਿੰਦੇ ਨੇ ਠੀਕ ਹੈ ਹੁਣ ਤੁਹਾਡੇ ਸਾਹਮਣੇ ਮੈਂ ਤਿੰਨੇ categories ਆ ਰੱਖਤੀਆਂ ਇਹ ਨੂੰ ਆਪਾਂ ਇਹਨੂੰ ਥੋੜਾ ਛੋਟਾ ਕਰਕੇ ਇਹ F11 ਜੇਕਰ ਐਂਜ ਕਰਦੇ ਹਾਂ ਚਲੋ ਇਹਨੂੰ ਆਪਾਂ ਬੰਦ ਕਰਦੇ ਇਹਨੂੰ ਉਰੇ ਆਓ ਦੇਖੋ ਤੁਹਾਡੇ ਅੱਗੇ ਆਪਾਂ ਇਹਨੂੰ ਸੂਡਿਸ ਸੁਡਿ ਵੱਡੇ ਕਰ ਲੈਂਦੇ ਸਾਈਜ਼ ਤਾਂ ਕਿ ਤੁਹਾਨੂੰ ਵਿਜੀਬਲ ਹੋਣ ਅਛੇ ਤਰੀਕੇ ਨਾਲ ਹਲੋ ਜੀ ਆਹ ਤੁਹਾਡੇ ਅੱਗੇ ਤਿੰਨੇ ਰੂਲ ਪਏ ਨੇ ਹੁਣ ਬਸ ਇੰਨੀ ਗੱਲ ਦਿਮਾਗ 'ਚ ਰੱਖ ਲਓ ਮੈਂ ਤਿੰਨਾਂ ਦਾ ਬਣਾ ਕੇ ਰੱਖਾਵਾਂ ਤੁਹਾਨੂੰ ਮੰਨ ਲਓ ਮੈਂ बोल ਰਿਹਾ ਹਾਂ ਜੇ ਕੋ ਗੰਦਾ ਹੋਗਾ ਮੈਂ ਬੋਲ ਰਿਹਾ ਹਾਂ ਮੈਂ ਕਿਹਾ ਆਏ ਮੈਂ ਕਿਹਾ ਆਏ ਆਏ ਨਾਲ ਕੀ ਲੱਗੂਗਾ ਐਮ ਬੋਲਣ ਨੂੰ ਕੀ ਕਹਿੰਦੇ ਆ ਸਪੀਕ ਹੁਣ ਆਈ ਐਮ ਸਪੀਕ ਤਾਂ ਬਣਦਾ ਨਹੀਂ ਨਾਲ ਕੀ ਲੱਗੂਗਾ ਇੰਗ ਟਿੰਗ ਲਿੰਗ ਮਤਲਬ ਕੀ ਹੋ ਗਿਆ ਇੰਗ ਆਈ ਐਮ ਸਪੀਕਿੰਗ ਆ ਸੈਂਟੈਂਸ ਬਣ ਗਿਆ ਮੈਂ ਬੋਲ ਰਿਹਾ ਹਾਂ ਜਿਹੜਾ ਆਪਾਂ ਨੇ ਵੀਰੇ ਇੱਥੋਂ ਬਣਾਇਆ ਸੀਗਾ ਤੁਸੀਂ ਆਈ ਐਮ ਸਪੀਕਿੰਗ ਜੇ ਨੈਗੇਟਿਵ ਚ ਬਣਾਉਣਾ ਹੈ ਮੈਂ ਨਹੀਂ ਬੋਲ ਰਿਹਾ ਆਈ ਐਮ ਨਾਟ ਸਪੀਕਿੰਗ ਲਓ ਜੀ ਆ ਬਣ ਗਿਆ ਕਿੰਨਾ ਕੁ ਚੇਂਜ ਹੈ ਆਈ ਐਮ ਨਾਟ ਸਪੀਕਿੰਗ ਤੁਸੀਂ ਆ ਦੇਖ ਸਕਦੇ ਹੋ ਆਈ ਐਮ ਸਪੀਕਿੰਗ ਆਈ ਐਮ ਨਾਟ ਸਪੀਕਿੰਗ ਜੇ ਇੰਟਰੋਗੇਟਿਵ ਚ ਕੀ ਹੈ ਐਮ ਬਾਹਰ ਆ ਜਾਊਗਾ ਆ ਲਓ ਜੀ ਐਮ ਆਈ ਸਪੀਕਿੰਗ ਕਿ ਮੈਂ ਬੋਲ ਰਿਹਾ ਕਮਾਲ ਦੀ ਗੱਲ ਮੈਨੂੰ ਟੀਚਰ ਨੇ ਕਿਹਾ ਓਏ ਤੂੰ ਬੋਲ ਰਿਹਾ ਕਿ ਮੈਂ ਬੋਲ ਰਿਹਾ ਆਮ ਆਈ ਸਪੀਕਿੰਗ ਮੈਂ ਤਾਂ ਨਹੀਂ ਬੋਲ ਰਿਹਾ ਮਤਲਬ ਆਪਾਂ ਉੱਥੇ ਇਹਨੂੰ ਯੂਜ਼ ਕਰ ਸਕਦੇ ਆ ਆਲੋ ਚੀਆ ਬਣ ਗਿਆ ਆਈ ਦਾ ਪੂਰਾ ਰੂਲ ਜੇ ਕੋਈ ਬੰਦਾ ਇਸ ਨੂੰ ਕਹੋਗਾ ਵੀ ਤੁਸੀਂ ਖੇ ਆ ਤੁਸੀਂ 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 ਹੈਲਪ ਕਰ ਰਹੇ ਹੋ ਤੁਸੀਂ ਹੈਲਪ ਕਰ ਰਹੇ ਹੋ ਆਲੋ ਹਾਂਜੀ ਹਾਂਜੀ ਤੁਸੀਂ ਬਹੁਤ ਚੰਗੇ ਬੰਦੇ ਹੋ ਤੁਸੀਂ ਹੈਲਪ ਕਰ ਰਹੇ ਹੋ ਯੂ ਆਈ ਕਿ ਐਗਜ਼ਾਮਪਲ ਦੇਉਂਗੇ ਰੀ ਆਰ helping you are helping ओ oh, बाबे तूसी किथों हेल्प ਕਰ ਰਹੇ ਹੋ ਤੁਸੀਂ ਹੈਲਪ ਨਹੀਂ ਕਰ ਰਹੇ ਯੂ ਆਪਾਂ ਇਹ ਵੀ ਕਹਿੰਦੇ ਫੋਨ ਕਰਕੇ ਨਾ ਵੀ ਬਾਈ ਜਿਸ ਕੀ ਮਾਨਾ ਪਾਉ ਮੈਨੂੰ ਪਤਾ ਹੈ ਤੁਸੀਂ ਹੈਲਪ ਨਹੀਂ ਕਰ ਰਹੇ ਯੂ ਆਰ ਨਾਟ ਯੂ ਆਰ ਨਾਟ ਹੈਲਪਿੰਗ ਹਾਂ ਹੈਲਪਿੰਗ ਕਿ ਤੁਸੀਂ ਹੈਲਪ ਕਰ ਰਹੇ ਹੋ ਹੁਣ ਤੁਸੀਂ ਦੇਖੋ ਇਹਦਾ ਕੀ ਆਊਗਾ ਆਰ ਬਾ ਆ ਗਿਆ ਅਲੋ ਵੀਰੇ ਆਰ ਯੂ helping ਮੈਂ ਕਹਿੰਦਾ ਇਹਦੂ ਹੋਰ ਕੁਝ ਨਹੀਂ ਹੈਗਾ ਇਹ ਸਭ ਤੋਂ ਤਕੜੀ ਚੀਜ਼ ਹੈ ਜੇ ਤੁਹਾਨੂੰ ਇਹਦਾ ਪਤਾ ਲੱਗਿਆ ਨਾ ਬਾਸ ਇਹ ਲੈਵਲ ਹੈ ਲੈਵਲ ਸਭ ਤੇ ਨਿਕਲेंगे ਤੁਹਾਨੂੰ ਮੈਂ ਹੋਰ ਮਤਲਬ ਐਗਜ਼ਾਮਪਲਸ ਦੇ ਨਾਲ ਸਮਝਾ ਸਕਦਾ ਇਹਨਾਂ ਨੂੰ ਤੇ ਵਿਦ ਤੁਹਾਨੂੰ ਮੈਂ ਸਕਰੀਨ ਤੇ ਸ਼ੋ ਕਰਕੇ 1 ਸੈਕਿੰਡ ਮੈਂ ਤੁਹਾਨੂੰ ਸਕਰੀਨ ਤੇ ਆ ਰੂਲ ਦਿਮਾਗ ਚ ਰੱਖ ਲਓ ਇੱਕ ਵਾਰ ਠੀਕ ਹੈ ਨਾ ਆਈ ਐਮ ਯੂ ਆਰ ਹੀ ਇਜ਼ ਸ਼ੀ ਇਜ਼ ਰਮਨ ਇਜ਼ ਵੀ ਆਰ ਦੇ ਆਰ ਆਈ ਐਮ ਨਾਟ ਯੂ ਆਰ ਨਾਟ ਹੀ ਇਜ਼ ਨਾਟ ਸ਼ੀ ਇਜ਼ ਨਾਟ ਰਮਨ ਇਜ਼ ਨਾਟ ਵੀ ਆਰ ਨਾਟ ਦੇ ਆਰ ਨਾਟ ਐਮ ਆਈ ਆਰ ਯੂ ਐਮ ਆਈ ਆਰ ਯੂ ਇਜ਼ ਹੀ ਇਜ਼ ਸ਼ੀ ਇਜ਼ ਰਮਨ ਤੇ ਆ ਕੁਐਸਚਨ ਫੈਮਲੀ ਯਾਦ ਕਰ ਲਿਓ ਇਹ ਜਿਹੜੇ ਆ ਇੰਟਰੋਗੇਟਿਵ ਨੇ ਨਾ ਅੱਗੇ ਜੋ ਤੁਸੀਂ ਬਣਾਓਗੇ ਨਹੀਂ ਅਗਲੀਆਂ ਕਲਾਸਾਂ ਜਾ ਕੇ ਵਾਈ ਵੈਨ ਵੇਅਰ ਇਹ ਕੰਮ ਆਉਣਗੇ ਯਾਦ ਰੱਖਿਓ ਏ ਲੈਵਲ ਉਰੋਂ ਤੁਹਾਡੀਆਂ ਜੜਾਂ ਪੱਕਣਗੀਆਂ ਹੁਣ ਆਜੋ ਤੁਹਾਨੂੰ ਮੈਂ ਇੱਕ ਹੋਰ ਚੀਜ਼ ਕਰਦਾ ਤੁਹਾਡੇ ਨਾਲ ਇਹਦੇ ਹੋ ਗਿਆ ਆਪਣਾ ਇੱਕ ਵਾਰ ਆਪਾਂ ਰੂਲਸ ਇਹ ਪਤਾ ਲੱਗੇ ਵੀ ਜਿਹੜਾ ਕੰਮ ਇਸ ਟਾਈਮ ਕਰ ਰਹੇ ਆ ਆਈ ਐਮ ਇੰਗ ਯੂ ਆਰ ਇੰਗ ਸਾਰਾ ਕੁਝ ਹੋ ਗਿਆ ਹੁਣ ਮੈਂ ਇਹਨੂੰ ਤੁਹਾਨੂੰ ਥੋੜੇ ਬੈਕਗ੍ਰਾਉਂਡ ਦੇ ਇੱਕ ਲੈਵਲ ਦੇ ਨਾਲ ਸੈੱਟ ਕਰਕੇ ਦਿਖਾਉਣਾ ਪੋਜ਼ਿਟਿਵ ਨੈਗੇਟਿਵ ਤੇ ਇੰਟਰੋਗੇਟਿਵ ਤਿੰਨੇ ਬੋਲ ਕੇ ਆ ਜਾਓ ਫਿਰ ਹੁਣ ਮੈਂ ਤੁਹਾਨੂੰ ਰੂਲ ਤਾਂ ਦੱਸ ਚੁੱਕੇ ਹਾਂ ਵੀ ਕੀ ਕੀ ਆਉਣਗੇ ਹੁਣ ਆਪਾਂ ਥੋੜੇ ਬੈਕਗ੍ਰਾਉਂਡ ਦੇ ਨਾਲ ਇੰਟਰਸਟਿੰਗ ਜਿਹਾ ਬਣਾ ਕੇ ਦੇਖਦੇ ਹਾਂ ਫੋਰ ਐਗਜ਼ਾਮਪਲ ਜਿਵੇਂ ਮੇਰੇ ਪਿੱਛੇ ਇੱਕ ਫੋਟੋ ਦੇਖ ਰਹੇ ਹੋ ਉਹ ਕੀ ਕਰ ਰਿਹਾ ਹੈ ਹੈਲਪ ਕਰ ਰਿਹਾ ਹੈ ਸੈਂਟੈਂਸ ਕੀ ਬਣੂਗਾ ਮੈਂ ਮਦਦ ਕਰ ਰਿਹਾ ਹਾਂ ਆਈ ਐਮ ਹੈਲਪਿੰਗ ਤੇ ਨੈਗੇਟਿਵ ਕੀ ਬਣ ਗਿਆ ਆਈ ਐਮ ਨਾਟ ਹੈਲਪਿੰਗ ਕੀ ਮੈਂ ਮਦਦ ਕਰ ਰਿਹਾ ਐਮ ਆਈ ਹੈਲਪਿੰਗ ਆ ਤੁਹਾਨੂੰ ਸਾਰੇ ਲਿਖੇ ਹੋਏ ਮਿਲ ਕੇ ਹੋਰ ਆਪਾਂ ਵਰਬ ਦੀ ਯੂਜ਼ ਕਰਦੇ ਆ ਐਗਜ਼ਾਮਪਲ ਦੇ ਤੌਰ ਤੇ ਜਿਵੇਂ ਫੋਰ ਐਗਜ਼ਾਮਪਲ ਆਪਾਂ ਕਹਿੰਦੇ ਸੋ ਰਿਹਾ ਮੈਂ ਤਾਂ ਦੇਖੋ ਮੈਨੂੰ ਤਾਂ ਨੀਂਦ ਆ ਰਹੀ ਹੈ ਬਾਈ ਜੀ ਆਈ ਐਮ ਸਲੀਪਿੰਗ ਆਈ ਐਮ ਨਾਟ ਸਲੀਪਿੰਗ ਮੈਂ ਨਹੀਂ ਸੋ ਰਿਹਾ ਅੱਛਾ ਤੈਨੂੰ ਲੱਗਦਾ ਮੈਂ ਸੋ ਰਿਹਾ ਕੀ ਮੈਂ ਸੋ ਰਿਹਾ ਐਮ ਆਈ ਸਲੀਪਿੰਗ ਤੁਸੀਂ ਇਹ ਦੇਖੋ ਕਿ ਕੁਐਸਚਨਸ ਕਿਵੇਂ ਚੇਂਜ ਹੋ ਰਹੇ ਨੇਗੇ ਹੋਰ ਵਰਬ ਦੇ ਫਾਰਮਸ ਬਹੁਤ ਨੇ ਜਿਵੇਂ ਥਿੰਕ ਕਰਨਾ ਸੋਚਣਾ ਮੈਂ ਸੋਚ ਰਿਹਾ ਆਈ ਐਮ ਥਿੰਕਿੰਗ ਮੈਂ ਨਹੀਂ ਸੋਚ ਰਿਹਾ ਆਈ ਐਮ ਨਾਟ ਥਿੰਕਿੰਗ ਕਿ ਮੈਂ ਸੋਚ ਰਿਹਾ ਐਮ ਆਈ ਥਿੰਕਿੰਗ ਹੋਰ ਦੇਖ ਲਓ ਬਹੁਤ ਨੇ ਮੈਂ ਲਿਖ ਰਿਹਾ ਆਈ ਐਮ ਰਾਈਟਿੰਗ ਮੈਂ ਨਹੀਂ ਲਿਖ ਰਿਹਾ ਆਈ ਐਮ ਨਾਟ ਰਾਈਟਿੰਗ ਕਿ ਮੈਂ ਲਿਖ ਰਿਹਾ ਐਮ ਆਈ ਰਾਈਟਿੰਗ ਹੋਰ ਦੇਖ ਲਓ ਸਿੰਗਿੰਗ ਮੈਂ ਗਾ ਰਿਹਾ ਆਈ ਐਮ ਸਿੰਗਿੰਗ ਮੈਂ ਨਹੀਂ ਗਾ ਰਿਹਾ ਆਈ ਐਮ ਨਾਟ ਸਿੰਗਿੰਗ कि मैं गा रहा एम आई सिंगिंग बस वह एम बहार आ रहे कोशन मार्क एक होर कर लो चाहे ड्राइव करना मैं ड्राइव कर रहा आई एम ड्राइविंग वो मैं ड्राइव नहीं कर रहा आई एम नॉट ड्राइविंग की मैं ड्राइव कर रहा एम आई ड्राइविंग तुम एक होर वी गल् दसद ये लॉजिक किस्टेक्स तो नहीं कर अवॉयड कि मिसटेक्स करनिया है रूल पता लग गया सेंटेंस पता लग ला गया लास्ट एक्सरसाइज भी दऊँगा तुम एक मैं मिसटेक दसदा मैं देखो हूँ जे किसी बच्चे ने ला लिया ਇੱਕ ਮਿਸਟੇਕ ਹੁੰਦੀ ਹੈ ਆਈ ਐਨ ਜੀ ਨੂੰ ਭੁੱਲ ਜਾਣਾ ਕਿਸੇ ਬੰਦੇ ਨੇ ਜੇ ਪੀ ਐਮ ਬਣਾ ਲਿਆ ਵੀ ਦੇ ਆਰ ਪਲੇ ਸੌਕਰ ਇਹ ਗਲਤ ਹੈ ਕਿਉਂਕਿ ਦੇ ਨਾਲ ਜਦੋਂ ਆਰ ਲੱਗ ਗਿਆ ਤਾਂ ਪਲੇ ਦੇ ਨਾਲ ਆਈ ਐਨ ਜੀ ਤਾਂ ਲਾਉਣੀ ਲਾਉਣੀ ਹੈ ਦੇ ਆਰ ਪਲੇਇੰਗ ਸੌਕਰ ਮਤਲਬ ਕੰਟੀਨਿਊਸ ਆਈ ਐਨ ਜੀ ਭੁੱਲਣਾ ਨਹੀਂ ਹੈਗਾ ਰੂਲ ਨੰਬਰ 1 ਰੂਲ ਨੰਬਰ 2 ਜੇ ਤੁਸੀਂ ਇੱਕ ਵਰਬ ਦੀ ਫਾਰਮ ਜਾਣਦੇ ਹੋ 노노 ਦਾ ਮਤਲਬ ਉਹਨੇ ਜਾਣਣਾ ਮੈਂ ਜਾਣਦਾ ਕਦੇ ਵੀ ਪ੍ਰੈਜ਼ੈਂਟ ਕੰਟੀਨਿਊ ਦੇ ਵਿੱਚ ਨੋ ਵਰਬ ਦੀ ਫਾਰਮ ਯੂਜ਼ ਨਹੀਂ ਹੁੰਦੀ ਹੈਗੀ ਯਾਦ ਰੱਖਿਓ ਨੋ ਵਰਬ ਦੀ ਫਾਰਮ ਯੂਜ਼ ਨਹੀਂ ਹੁੰਦੀ ਕਿਉਂਕਿ ਜੇ ਕਿਸ ਨੇ ਐਮ ਪੜਾਤਾ ਨਾ ਸ਼ੀ ਇਜ਼ ਨੋਇੰਗ ਦ ਐਡਰੈਸ ਇਹ ਗਲਤ ਹੈ ਵਦ ਐਨਸਰ ਇਹ ਐਕੂਰੇਟ ਬੰਦਾ ਹੈ ਸ਼ੀ ਨੋਜ਼ ਦ ਐਡਰੈਸ ਮਤਲਬ ਜਿਹੜੀ ਨੋ ਵਰਬ ਦੀ ਫਾਰਮ ਹੈ ਇਹ ਪ੍ਰੈਜ਼ੈਂਟ ਇੰਡੈਫਿਨਿਟ ਚ ਯੂਜ਼ ਹੁੰਦੀ ਹੈ ਪ੍ਰੈਜ਼ੈਂਟ ਕੰਟੀਨਿਊ ਚ ਆਪਾਂ ਨੇ ਇਹ ਫਾਰਮ ਨੂੰ ਯੂਜ਼ ਨਹੀਂ ਕਰਨਾ ਹੈਗਾ ਕਿਉਂਕਿ ਇਹ ਡਿਸਕਰਾਇਬ ਕਰਦਾ ਸਟੇਟ ਆਫ ਅਵੇਅਰਨੈਸ ਕੋਈ ਬੰਦਾ ਕਿਸੇ ਚੀਜ਼ ਨੂੰ ਲੈ ਕੇ ਅਵੇਅਰ ਹੈ ਨਾ ਤਾਂ ਮਤਲਬ ਨੋ ਵਰਬ ਦੀ ਫਾਰਮ ਨੂੰ ਆਪਾਂ ਨੇ ਯੂਜ਼ ਕੰਟੀਨਿਊ ਜਾਈ ਦੂਜੇ ਨੰਬਰ ਤੇ ਆਪਾਂ ਕਿਹਾ ਨੇ ਬਲੀਵ ਬੰਦੀਵ ਭਰੋਸਾ ਕਰ ਮੇਰੇ ਤੇ ਨਾ ਕਦੇ ਵੀ ਆਪਾਂ ਇਹਨੂੰ ਯੂਜ਼ ਨਹੀਂ ਕਰਨਾ ਕਹਿਣ ਦਾ ਮਤਲਬ ਹੈ ਆਈ ਏਮ ਬਲੀਵੀਂਗ ਨਾ 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 ਇਹ ਗਲਤ ਹੈ ਆਈ ਬਲੀਵ ਆਊਗਾ ਤੇ ਬਲੀਵ ਵੀ ਪ੍ਰੈਜ਼ੈਂਟ ਇਨਡੈਫਿਨਿਟ ਚ ਯੂਜ਼ ਹੋਗਾ ਪ੍ਰੈਜ਼ੈਂਟ ਕੰਟੀਨਿਊ ਚ ਨਹੀਂ ਇਹ ਜੇ ਕੋਈ ਬੰਦਾ ਐ ਸੈਂਟੈਂਸ ਬਣਾਉਂਦਾ ਆ ਆਈ ਏਮ ਬਲੀਵੀਂਗ ਔਨ ਯੂ ਨਹੀਂ 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 ਇੱਕ ਨਹੀਂ ਆਈ ਬਲੀਵ ਔਨ ਯੂ ਦੈਟਸ ਇਟ ਹੋਰ ਸਨ ਲੋਕ ਪ੍ਰੇਫਰ ਕਰਨਾ ਕਿਸੇ ਚੀਜ਼ ਨੂੰ ਆਪਾਂ ਕਹਿੰਦੇ ਆ ਹੀ ਇਜ਼ ਪ੍ਰੇਫਰਿੰਗ ਕਾਫੀ ਓਵਰ ਟੀ ਨਹੀਂ 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 ਹੀ ਪ੍ਰੇਫਰਸ ਕਾਫੀ ਨਾ ਪ੍ਰੇਫਰ ਯੂਜ਼ ਹੁੰਦਾ ਕਿਉਂਕਿ ਪ੍ਰੇਫਰ ਕੀ ਹੈਗਾ ਇੰਡੀਕੇਟ ਕਰਦਾ ਤੁਹਾਡੀ ਚੁਆਇਸ ਨੂੰ ਉਹ ਕਦੇ ਕੰਟੀਨਿਊਸ ਨਹੀਂ ਆਉਂਦੀ ਹੈਗੀ ਨੀਡ ਜ਼ਰੂਰਤ ਇਹ ਵੀ ਬੜੀ ਕਮਾਲ ਦੀ ਗੱਲ ਸਿਖਾਉਣਾ ਤੁਹਾਨੂੰ ਮੈਂ ਦੇ ਆਰ ਨੀਡਿੰਗ ਹੈਲਪ ਨਹੀਂ ਦੇ ਨੀਡ ਹੈਲਪ ਤੇ ਇੱਕ ਨਾ ਇੱਥੇ ਲਿਖਿਆ ਹੋਇਆ ਹੈ ਨੀਡ ਤੇ ਇੱਕ ਲਿਖਿਆ ਨੈਸੈਸਿਟੀ ਇਹ ਦੋਨਾਂ 'ਚ ਬਹੁਤ ਫਰਕ ਹੈ ਨੀਡ ਤੇ ਨੈਸੈਸਿਟੀ 'ਚ ਇੰਨਾ ਕੁ ਫਰਕ ਹੈ ਨੀਡ ਹੁੰਦਾ ਫੋਰ ਐਗਜ਼ਾਮਪਲ ਮੇਰੇ ਕੋਲੇ ਤਿੰਨ ਗੱਡੀਆਂ ਖੜੀਆਂ ਹੋਣ ਤੇ ਮੇਰਾ ਦਿਲ ਕਰਦਾ ਹੋਵੇ ਚੌਥੀ ਗੱਡੀ ਵੀ ਆ ਜੇ ਮੇਰੀ ਨੀਡ ਹੈ ਉਹ ਮੇਰੇ ਕੋਲੇ ਜੋ ਸਮਾਨ ਪਿਆ ਹੋਵੇ ਫੋਰ ਐਗਜ਼ਾਮਪਲ ਮੇਰੇ ਕੋਲੇ ਮੇਰੇ ਕੋਲੇ ਮੇਰੇ ਕੋਲੇ ਮੇਰੇ ਕੋਲੇ ਇੱਕ ਆ ਮੋਬਾਈਲ ਪਿਆਗਾ ਠੀਕ ਹੈ ਆ ਫੋਨ ਹੈ ਮੇਰੇ ਕੋਲ ਮੈਂ ਕਹਿੰਨਾ ਯਾਰ ਮੈਨੂੰ ਨਾ ਇੱਕ ਹੋਰ ਮੋਬਾਈਲ ਫੋਨ ਦੀ ਲੋੜ ਹੈ ਮੈਨੂੰ ਉਹਦੀ ਨੀਡ ਹੈ ਨੀਡ ਦਾ ਮਤਲਬ ਕੀ ਨੂੰ ਆਪਾਂ ਕਹਿੰਦੇ ਕਿ ਜ਼ਰੂਰਤ ਹੈ ਪਰ ਜੇ ਨਹੀਂ ਵੀ ਮਿਲੂਗਾ ਸਰ ਜੂਗਾ ਨੀਡ ਉਹ ਹੁੰਦੀ ਹੈ ਜੇ ਪੂਰੀ ਹੋ ਗਈ ਤਾਂ ਵੀ ਠੀਕ ਹੈ ਜੇ ਨਹੀਂ ਹੋ ਗਈ ਤਾਂ ਵੀ ਠੀਕ ਹੈ ਪਰ ਯਾਦ ਰੱਖਿਓ ਜਿਹੜਾ ਨੈਸੈਸਿਟੀ ਹੈ ਨਾ ਨੈਸੈਸਿਟੀ ਇਹਦੇ ਬਿਨਾ ਬੰਦਾ ਰਹਿ ਨਹੀਂ ਸਕਦਾ ਇਹ ਹੁੰਦਾ ਹੈਗਾ ਰੋਟੀ ਕੱਪੜਾ ਮਕਾਨ ਇਹ ਨੈਸੈਸਿਟੀ ਹੈ ਨੀ ਜੋ ਕੁਪੰਦਾ ਕਹਿਣਾ ਮੈਨੂੰ ਤੇਰੀ ਨੀਡ ਹੈ ਨੂੰ ਕਹਦੇ ਕੋਈ ਨਾ ਨੀਡ ਇਨੀ ਜ਼ਰੂਰੀ ਹੁੰਦੀ ਬਾਈ ਮਿਲਦਾ ਤੇਰੀ ਨੈਸੈਸਿਟੀ ਹੋਈ ਪਈ ਹੈ ਪਰ ਆਪਾਂ ਬੋਲਦੇ ਨਹੀਂ ਆਵੇਂ ਪਰ ਇਹਦਾ ਮਤਲਬ ਹੈ ਵੀ ਜੇ ਨਹੀਂ ਚੀਜ਼ ਬਿਨਾਂ ਆਪਾਂ ਸਰਵਾਈਵ ਨਹੀਂ ਕਰ ਸਕਦੇ ਉਹ ਨੈਸੈਸਿਟੀ ਹੈ ਜਿਹਦੇ ਬਿਨਾਂ ਕਰ ਸਕਦੇ ਉਹ ਨੀਡ ਹੈ ਦੈਟਸ ਇਟ ਤੇ ਇੱਕ ਚੀਜ਼ ਆ ਵੀ ਹੈ ਦੇਖੋ ਲਾਈਕ ਆਪਾਂ ਲਾਈਕ ਵੀ ਆਪਾਂ ਯੂਜ਼ ਨਹੀਂ ਕਰਨਾ ਹੈਗਾ ਪ੍ਰੈਜ਼ੈਂਟ ਕੰਟੀਨਿਊਸ ਵੀ ਆਰ ਲਾਈਕਿੰਗ ਦਿਸ ਰੈਸਟੋਰੈਂਟ ਵੀ ਲਾਈਕ ਦਿਸ ਰੈਸਟੋਰੈਂਟ ਕਿ ਨਹੀਂ ਆ ਫਾਰਮ ਦਿਸ ਇਨ ਮੈਥਨੋ ਨਾ ਪਨੇ ਨੋ ਯੂਜ਼ ਕਰਨਾ ਬਿਲੀਵ ਪ੍ਰੇਫਰ ਨੀਡ ਤੇ ਲਾਈਕ ਮੈਂ ਇੱਕ ਬੱਚੇ ਨੂੰ ਪੁੱਛ ਲਿਆ ਮੈਂ ਕਿ ਬੇਟਾ ਵਾਟ ਇਜ਼ ਦਾ ਡਿਫਰੈਂਸ ਬੀਟਵੀਨ ਲਾਈਕ ਐਂਡ ਲਵ ਕਿਨੇ ਲਾਈਕ ਹੁੰਦੇ ਪਸੰਦ ਮੈਂ ਕਿਹਾ ਓਕੇ ਅ ਲਵ ਮੈਂ ਕਿਹਾ ਲਵ ਕੀ ਹੁੰਦੇ ਅ ਕਿਨੇ ਸਰਰ ਦੇਖੋ ਲਵ ਹੁੰਦੇ ਅੰਦਰਲੇ ਦਿਲੋਂ ਲਾਈਕ ਹੁੰਦੇ ਉੱਤੇ ਉੱਤੇ ਦਿਲ ਮੈਂ ਕਿਹਾ ਆ ਕਿਹੜੇ ਦਿਲ ਨੇ ਤੇਰੇ ਐ ਕੁਝ ਨਹੀਂ ਹੋਣਾ ਤਾਂ ਆਪ ਦਾ ਗੱਪ ਮਾਰਿਆ ਹੋਇਆ ਤੇਨੇ ਹੋਰ ਕੁਝ ਨਹੀਂ ਕਰਿਆ ਬਰਾ ਜੀ ਲੋਕ ਉਹਨੇ ਇੰਨੀ ਕਾਪਾ ਕੰਮ ਕਰਦੇ ਆ ਅੱਜ ਜਿੰਨੇ ਵੀ ਆਪਾਂ ਚੀਜ਼ਾਂ ਇੱਚ ਦੇਖੀਆਂ ਸਿੱਖੀਆਂ ਆਪਾਂ ਕੋਸ਼ਿਸ਼ ਕੁਸ਼ ਚੀਜ਼ਾਂ ਪਤਾ ਲੱਗੀਆਂ ਹੈ ਨਾ ਬਸ ਆਪਾਂ ਇੱਕ ਤਾਂ ਨਵੀਆਂ ਨਵੀਆਂ ਚੀਜ਼ਾਂ ਇੱਚ ਆਪਾਂ ਕਿਹੜੀਆਂ ਸਿੱਖਿਆ ਆਪਾਂ ਆਏ ਦੇ ਨਾਲ ਕਦੇ ਈਜ਼ੀ ਨਹੀਂ ਲਾਇਆ ਸੀ ਆਪਾਂ ਨੇ ਅੱਜ ਉਹ ਸਿੱਖ ਲਿਆ ਇੱਕ ਨੰਬਰ 2 ਤੇ ਆਪਾਂ ਨੂੰ ਇਹ ਪਤਾ ਲੱਗਾ ਨੀਡ ਤੇ ਨੈਸੈਸਿਟੀਜ਼ ਫਰਕ ਪ੍ਰੈਜ਼ੈਂਟ ਕੰਟੀਨਿਊ ਦਾ ਜਿਹੜਾ ਪੋਜ਼ਿਟਿਵ ਹੈ ਉਹਦਾ ਰੋਲ ਹੈ ਪ੍ਰੈਜ਼ੈਂਟ ਕੰਟੀਨਿਊ ਦਾ ਨੈਗੇਟਿਵ ਹੈ ਇਹ ਕੋ ਦਾ ਰੋਲ ਹੈ present continue ਦਾ ਜਿਹੜਾ ਇੱਕ ਇੰਟੈਰੋਗੇਟਿਵ ਹੈ ਉਹਦਾ ਰੋਲ ਹੈ ਮੈਂ ਵੀਡੀਓ ਦੇ ਲਾਸਟ ਤੇ ਤੁਹਾਨੂੰ ਉਹ ਵੀ ਰੂਲ ਦੇ ਰਿਹਾ ਪਲੱਸ ਮੈਂ ਲਾਸਟ ਤੇ ਤੁਹਾਨੂੰ ਕੁਝ ਕੁ ਵਰਬ ਦੀਆਂ ਫਾਰਮਸ ਦੇ ਰਿਹਾਗਾ ਤੇ ਮੈਂ ਚਾਹਨਾ ਕਿ ਤੁਸੀਂ ਇਹ ਸਾਰੀਆਂ ਵਰਬ ਦੀਆਂ ਫਾਰਮਸ ਦੇ ਕਮੈਂਟਸ ਦੇ ਵਿੱਚ ਜਵਾਬ ਦਿਓ ਕਿ ਤੁਸੀਂ ਸੈਂਟੈਂਸ ਕਿਵੇਂ ਬਣਾਓਗੇ ਤੇ ਸਾਰਿਆਂ ਦੇ ਆਈ ਦੇ ਵੀ ਯੂ ਦੇ ਵੀ ਹੀ ਸ਼ੀ ਵੀ ਦੇ ਸਾਰਿਆਂ ਦੇ ਪੋਜ਼ਿਟਿਵ 네ਗੇਟਿਵ ਇੰਟੈਰੋਗੇਟਿਵ ਤੇ ਜਿਹੜਾ ਜਿਹੜਾ ਬੱਚਾ ਇਸ ਲੈਵਲ ਤੇ ਇੰਟਰਸਟਡ ਦਿਖਾਊਗਾ ਮੇਰੇ ਵੀਡੀਓਜ਼ ਉਮੀਦ ਤਾੜ ਤਾੜ ਕਰਕੇ ਆਉਣਗੀਆਂ ਹੁਣ ਡਿਪੈਂਡ ਤੁਹਾਡੇ ਤੇ ਕਰਦਾ ਅਗਲੀ ਵੀਡੀਓ ਚ ਵੀ ਕੰਟੀਨਿਊ ਦੀ ਗੱਲ ਕਰਾਂਗੇ ਹੋਰ ਲੈਵਲ ਤੇ ਕਰਾਂਗੇ ਹੋਰ ਸੈਂਟੈਂਸ ਨੂੰ ਕਲੀਅਰ ਕਰਾਂਗੇ ਫਿਰ ਪਰਫੈਕਟ ਕਰਾਂਗੇ ਫਿਰ ਪਾਸਟ ਇਨਡੈਫਿਨਿਟ ਕਰਾਂਗੇ ਹਰ ਇੱਕ ਚੀਜ਼ ਤੇ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਆ ਮੈਨੂੰ ਗਰੋ ਕਰੋਂਗੇ ਮੈਂ ਵੀਡੀਓਜ਼ ਆ ਲੈਵਲ ਅਪ ਕਰੂੰਗਾ ਜੇ ਮੈਨੂੰ ਗਰੋ ਨਹੀਂ ਕਰੋਗੇ ਫਿਰ ਮੈਂ ਕਿਵੇਂ ਕਰੂੰਗਾ ਹੈਨਾ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਮੇਰੇ ਲਈ ਸਭ ਕੁਝ ਆਏ ਸਪੋਕਨ ਦਾ ਕੋਰਸ ਮੈਂ ਪੇਡ ਵੀ ਬੇਚ ਸਕਦਾ ਬੱਚੇ ਬਹੁਤ ਐਡਮਿਸ਼ਨ ਵੀ ਲੈ ਸਰ ਰਹੇ ਨਹੀਂ ਬੇਚ ਰਹੇ ਹਨ ਫਰੀਦ ਪੜਾ ਰਿਹਾ ਨਾ ਮੈਂ ਪੈਸੇ ਕਮਾਉਣੇ ਆ ਪਰ ਮੈਂ ਅਮਰੀਕਾ ਤੋਂ ਡਾਲਰ ਲਊਗਾ ਮੈਂ ਤੁਹਾਡੇ ਤੋਂ ਨਹੀਂ ਲੈਂਦਾ ਆਪਣੇ ਪੰਜਾਬੀ ਸੱਜਣ ਭਰਾ ਜਿੱਥੇ ਵੀ ਇੰਡੀਆ ਚ ਜਿੱਥੇ ਮਰਜੀ ਵਸ ਰਹੇ ਮੇਰੇ ਹਰਿਆਣੇ ਵਾਲੇ ਰਾਜਸਥਾਨ ਵਾਲੇ ਕਸ਼ਮੀਰ ਵਾਲੇ ਤੇ ਸਭ ਤੋਂ ਜ਼ਿਆਦਾ ਜਿਹੜੇ ਵਿਊ ਮੇਰੇ ਪੰਜਾਬ ਚ ਨੇ ਉਹ ਲੁਧਿਆਣੇ ਚ ਨੇ ਤੇ ਦੂਜੇ ਨੰਬਰ ਦੇ ਚੰਡੀਗੜ੍ਹ ਤੇ ਮਹਾਲੇਸ਼ ਨੇ ਹੁਣ ਦੇਖੋ ਬਾਕੀ ਜਿਹੜੀਆਂ ਸਟੇਟਸ ਨੇ ਉਹਨਾਂ ਦਾ ਕੀ ਬਣਦਾ ਥੈਂਕ ਯੂ ਵੈਰੀ ਮਚ ਵੀਡੀਓਜ਼ ਆ ਕਿਵੇਂ ਦਾ ਤੁਹਾਡਾ ਕਨਸੈਪਟ ਸੀ ਉਹ ਜਰੂਰ ਦੱਸਿਓ ਹੁਣ ਅੱਗੇ ਇੱਕ ਹੋਰ ਮੈਂ ਰੂਲਸ ਵੀ ਦੇ ਰਿਹਾ ਸਾਰੇ ਪਲੱਸ ਮੈਂ ਵਰਬ ਦੀ ਫਾਰਮਸ ਵੀ ਦੇ ਰਿਹਾ ਐਕਸਰਸਾਈਜ਼ ਦੇ ਲਈ ਤੇ ਚੈਨਲ ਦੇ ਨਾਲ ਬਨੇ ਰਹੋ ਸਬਸਕ੍ਰਾਈਬ ਕਰੋ ਆਪਣੇ ਮੰਮੀ ਡੈਡੀ ਚਾਚਾ ਤਾਇਆ ਪੂਆ ਫੂਫੂ ਸਾਰੇ ਨੇ ਚੈਨਲ ਸਬਸਕ੍ਰਾਈਬ ਕਰ ਦੋ ਮਜ਼ਾ ਆ ਦੇ